ਕਨੂੰ ਇਹ ਜਹਾਨ ਖਸ ਗਿਆ। ਤਵੱਜੋ ਕਰਨੀ ਹੈ ਨਿਆਜ਼ ਹੁਸੈਨ, ਜਾਂ ਤਾਂ ਮੈਂ ਜਾਂ ਅੱਖੀ ਨਾ ਹੋਵਨ ਜਾਂ ਮੈਂ ਕਨੂੰ ਇਹ ਜਹਾਨ ਖਸ ਗਿਆ। ਬਾਬਾ ਜੀ ਦੁਆ ਕਰੋ ਸੋ, ਜਾਂ ਤਾਂ ਮੈਂ ਜਾਂ ਅੱਖੀ ਨਾ ਹੋਵਨ ਜਾਂ ਮੈਂ ਕਨੂੰ ਇਹ ਜਹਾਨ ਖਸ ਗਿਆ। ਜੇ ਤੇਰੀ ਮਖਲੂਕ ਸੱਚ ਨਹੀਂ ਸੁਣਦੀ ਤਾਂ ਮੈਂ ਕਨੂੰ ਇਹ ਜ਼ਬਾਨ ਖਸ ਗਿਆ। ਉਹ ਆਦੇ ਇਹ ਕਹੀਂ ਨਹੀਂ ਆਖਿਆ ਜੋ ਸਾਕੂ ਹੈ ਬਸ ਕੁਰਾਨ ਕਾਫੀ, ਆਲੇ ਅਹਿਮਦ ਦਾ ਵਾਸਤਾ ਹੈ ਬੇਅਦਬ ਤੂੰ ਕੁਰਾਨ ਖਸ ਗਿਆ। ਬਹੁਤ ਮਿਹਰਬਾਨੀ, ਹੌਸਲਾ ਅਫਜ਼ਾਈ ਦਾ ਸ਼ੁਕਰੀਆ ਜੀ। ਆਇਆ ਨਵਲ ਬਹਾਰਾਂ ਉਜੜੇ ਚਮਨ, ਜਿਹੜੇ ਘਰੋਂ ਇਸ ਨੀਅਤ ਤੁਰ ਕੇ ਆਏ ਉਹ ਵਹਿੰਦੇ ਪਏ ਉਹ ਸਹਿਣ ਕੋ ਮੁਕਾਨ ਡੇ ਉਹ ਜਾਂਦਾ ਇੱਕ ਦਿਨ 72 ਕੁੱਠੇ ਤੇ ਪਰਚਾਇਆ ਹੀ ਕਹਿੰਦੇ। ਇੱਕ ਗੱਲ ਜ਼ਹਿਨ 'ਚ ਰੱਖਣੀ ਹੈ, ਬੇਮੌਸਮੀ ਲੁੱਟੀਏ ਅਲੀ ਦੀ ਲਜਪਾਲ ਜੀ ਨੌਕਰਾਂ ਬਾਬਾ ਰਹੀਆਂ ਯਾਦ ਸ਼ਾਕੂ ਗੁਜ਼ਾਰਾ ਵਤਨ ਵਤਨ ਬਹੁ ਪਿਆਰੀ ਸ਼ਹਿ ਹੁੰਦਾ ਹੈ ਬਾਬਾ ਜੇ ਕੋਈ ਰਹਿਣ ਦੇਵੇ ਤਾਂ। ਨੌਕਰਾਂ ਬਾਬਾ ਲੱਖ ਦਫਾ ਨਿਰਾਸੀ ਸਾਕੂ ਹਰ ਈਦ ਤੇ ਤੋਹਫੇ ਲਾਸ਼ਾਂ ਦੇ ਦਿੱਤੇ ਉਮਤ ਨੇ ਨੌਕਰਾਂ ਬਾਬਾ ਲੱਖ ਦਫਾ ਆਖ ਨੌਕਰਾਂ ਲੱਖ ਦਫਾ ਨੌਕਰਾਂ ਬਾਬਾ ਹਰ ਈਦ ਤੇ ਹਰ ਕੋਈ ਖੁਸ਼ ਹੁੰਦੇ ਕਈਦ ਨਿਰਾ ਸਾਕੂ ਹਰ ਈਦ ਤੇ ਤੋਹਫੇ ਲਾਸ਼ਾਂ ਦੇ ਦਿੱਤੇ ਉਮਤ ਨੇ ਨੌਕਰ ਬਾਬਾ ਨੌਕਰ ਲੱਖ ਦਫਾ ਹਰ ਈਦ ਤੇ ਹਰ ਕੋਈ ਖੁਸ਼ ਹੁੰਦੇ ਕਈਦ ਨਿਰਾ ਸਾਕੂ ਹਰ ਈਦ ਤੇ ਤੋਹਫੇ ਲਾਸ਼ਾਂ ਦੇ ਦਿੱਤੇ ਉਮਤ ਨੇ ਪਲੀਦ ਤੇ ਆਲੀਆ ਰੋਂਦੀ ਰਹੀ ਗੱਲ ਲਾਇਬਾਸ ਬਿਰਾਕੂ ਦੂਜੀਦ ਤੇ ਪੁੱਤਰ ਰੁਕਈਆ ਦੇ ਰਹਿ ਹਕਲਾ ਦੇ ਮਾ ਨੌਕਰਾਂ ਲੱਖ ਦਫਾ ਬਾਬਾ ਲੱਖ ਦਫਾ ਬਾਬਾ ਜੀ ਜਿਹੜੀ ਵੱਡੀ ਗਰੀਬ ਮਜ਼ਦੂਰ ਹੋਵੇ ਤਰੇ ਖੈਸਾਂ ਵੱਡੀਆਂ ਆਉਂਦੀਆਂ ਪਹਿਲੀ ਕੈਸ਼ ਆਉਂਦੀ ਹੈ ਜੋ ਪੇਕੀਦ ਟਾਈਮ ਤੇ ਮਿਲੇ, ਦੂਜੀ ਕੈਸ਼ ਆਉਂਦੀ ਹੈ ਕਬਰ ਫਿਰਾਵਾਂ ਦੇ ਸ਼ਹਿਰ ਹੋਵੇ, ਤ੍ਰੀਜੀ ਕੈਸ਼ ਆਉਂਦੀ ਹੈ ਕਫਨ ਬਿਰਾ ਦੇਵਨ ਕਿਸਮਤ ਅਲੀ ਦੀਆਂ ਧੀਆਂ ਦੀ। ਈਦ ਮੰਗਣ ਦਾ ਟਾਈਮ ਆਇਆ ਤਾਂ ਬਾਬੇ ਕੁਜ਼ਰ ਰੱਬ ਲੱਗ ਗਈ, ਕਫਨ ਦਾ ਵਕਤ ਆਇਆ ਤਾਂ ਪੇਕੇ ਹੀ ਮੁੱਕ ਗਏ ਜੀ ਜੀ। ਨੌਕਰਾਂ ਲੱਖ ਦਫਾ ਲੱਖ ਦਫਾ ਬਾਬਾ ਲੱਖ ਦਫਾ ਨੌਕਰਾਂ ਮੌਜਾ ਅਲੀ ਦੀ ਧੀ ਦਾ ਨੌਕਰਾਂ ਲੱਖ ਦਫਾ ਭੱਟੀ ਸਾਹਿਬ ਦੇ ਲਫ਼ਜ਼ ਜੋ ਸੁਲਤਾਨ ਅਜ਼ਾ ਕਰੀਮ ਪੜਦੇ ਆਉਂਦੇ ਹਨ, ਜਿਹੜੀ ਵੱਡੀ ਗਰੀਬ ਪਰਦਾਦਾਰ ਹੋਏ ਤਰਾਏ ਖੈਸਾਂ ਵੱਡੀਆਂ ਆਉਂਦੀਆਂ। ਪਹਿਲੀ ਕੈਸ ਆਉਂਦੀ ਹੈ ਪੇਕੀਦ ਬਾਬਾ ਦੇਵੇ, ਦੂਜੀ ਕੈਸ ਆਉਂਦੀ ਹੈ ਕਫਨ ਫਿਰਾ ਦੇਵੇ, ਤ੍ਰੀਜੀ ਕੈਸ ਆਉਂਦੀ ਹੈ ਕਬਰ ਫਿਰਾਵਾਂ ਦੇ ਸ਼ਹਿਰ ਹੋਏ, ਕਿਸਮਤ ਅਲੀ ਦੀਆਂ ਧੀਆਂ ਦੀ। ਈਦ ਦਾ ਟਾਈਮ ਬਾਬੇ ਕੁਜ਼ਰ ਰੱਬ ਲੱਗ ਗਈ, ਕਫਨ ਦਾ ਵਕਤ ਆਇਆ ਤਾਂ ਪੇਕੇ ਹੀ ਮੁੱਕ ਗਏ, ਕਬਰ ਦਾ ਟਾਈਮ ਆਇਆ ਸ਼ਾਮ ਵਿੱਚ ਰੁੱਲ ਕੇ ਮਰ ਗਈ, ਸਜਾਦਾ ਦਾ ਕਿੱਦਾਂ ਇਤਲਾ ਦੇਵਾ।